क्यों? हैं? पप्पू ने भी कैमरा दबाला कर लिया अपना। पप्पू ने भी कर लिया कैमरा दबाला अज अपना। की कर रहा है? वीडियो बना रहा है। निकल गया बड़ा पता नहीं यार कभी देखे नहीं मेरा बात करा मैं साफ कर दे रावना देखो भाई उरे केड़ी कंपनी आ तू फोन दिखा रही नौ नहीं है प्रकाश प्रकूस केड़ी है आ गई प्रकाश कमेंट कर दस भाई रावण कह ये लगती है मैं देसी जी वो बैरिंग केड़ा है एस पी के बैरिंग आ भी दस भाई कह जा हाल चुबर ਵਧੀਆ ਸੁਣਾ ਕੋਈ ਗੱਲਬਾਤ ਬੋਲ ਪਾ ਬੇਦੀ ਚਰਨਜੀਤ ਜੋ ਸੁਣਾਉਂਦਾ ਇਹਨੇ ਗੱਲਬਾਤ ਕੁਛ ਕਹਿ ਨਹੀਂ ਯਾਰ ਡਰਾਈਵਰ ਸਾਹਿਬ ਗੱਲਬਾਤ ਕੋਈ ਕੀ ਸੁਣਾ ਇਹ ਲੱਗ ਰਿਹਾ ਜੀ ਅੱਛਾ ਲੱਗ ਰਿਹਾ ਮੈਨੂੰ ਪਤਾ ਲੱਗਦਾ ਰਿਹਾ ਮੈਨੂੰ ਪਤਾ ਡੀਜ਼ਲ ਬਹੁਤ ਮਹਿੰਗਾ ਨਾਲੇ ਡੀਜ਼ਲ ਬਹੁਤ ਮਹਿੰਗਾ ਕਰੀਏ ਫਿਰ ਸਫਾਈ ਤਾਂ ਕਰਨੀ ਹੈ ਜੀ ਸਫਾਈ ਤਾਂ ਕਰੋ ਅਤੇ ਹੋਰ ਜੀ ਆਪਣੇ ਗੋਡੇ ਜੀ ਬਾਦ ਬੈਰੰਗ ਫੋਰਮੈਨ ਨੇ ਕਰਤਾ ਸਾਰਾ ਫਿੱਟ ਸੌਦਾ ਹੋਰ ਫੋਰਮੈਨ ਜੀ ਠੀਕ ਹੈ ਜੀ ਵਧੀਆ ਹੋ ਗਿਆ ਫਿੱਟ ਹਾਂ ਜੀ ਹੋ ਗਿਆ ਤਾਂ ਹੁਣ ਇਹਦੇ ਨਾਲ ਖਿੱਚਿਆ ਯਾਰ ਨਟ ਪਾਉਣ ਵਾਲੇ ਰਹਿ ਗਏ ਬਸ ਉਤਰੇ ਉਤਰੇ ਖਿੱਚੇ ਤਾਂ ਪਹਿਲਾਂ ਖਿੱਚ ਰਹੇ ਯਾਰ ਵੈਸੇ ਨਾ ਕਲੰਪ ਜਿਹਾ ਹੋਇਆ ਉਹ ਜ਼ਿਆਦਾ ਵਧੀਆ ਕਰਦੇ ਆ ਅੰਦਰ ਅੰਦਰ ਨੂੰ ਨਾ ਇੱਥੋਂ ਵਗ ਜਾਏ ਟੱਪਦੀ ਨਹੀਂ होगा जोर भरेगा तबाही का जिस तरह तू पहला टिबरी नहीं आई हले आई नहीं नट बहुत बब्बे हले ਇਹ ਵੀ ਥੱਲੜੀ ਕਰ ਲਾ ਫੋਰਮ ਫਿਰ ਆਪਣਾ ਬਾਸ਼ਲੇ ਵੀ ਪਾਣੀ ਵਾਲੇ ਬਾਸ਼ਲੇ ਨਹੀਂ ਪਾਈ ਡਿਵਰੀਆਂ ਪਾ ਲਾਂਗੇ ਕੋਈ ਗੱਲ ਨਹੀਂ ਇੱਕ ਵਾਰ ਵਿੱਚ ਬਹਿ ਜਾਣ ਦੇ ਨੂੰ ਹਾਂ ਹਾਂ ਫਿਰ ਬਾਸ਼ਲੇ ਨੂੰ ਪਾ ਕੇ ਨਿਪੜ ਜਾਣਾ ਉਹ ਤਾਂ ਬਾਈ ਸਾਡਾ ਦਿਨੇ ਫੁੱਦੂ ਆ ਪਹਿਲਾਂ ਇਹ ਕਰਾ ਲਈ ਜੀਰੇ ਆ ਮਤਲਬ ਆ ਠੋਕਣੀ ਜੀ ਆਹ ਨਾਲ ਸੱਟ ਮਾਰਦੇ ਭਿੱਜ ਭਿੱਜ ਗਿਆ ਇਹ ਵਾਲੀ ਚੀਜ਼ ਆਕੜਾ ਆਕੜੂ ਲਿਆਉਂਦੀ ਉਸ ਤੋਂ ਬਾਅਦ ਆ ਬੈਰਿੰਗ ਟੁੱਟ ਗਿਆ ਨਾ ਨਿਕਲੇ ਅਗਰ ਤੋੜ ਬੜਾ ਆਕੜੂ ਇਕੜਾ ਅਗਲੇ ਅੱਗੇ ਬੈਲਡਿੰਗ ਵਾਲੇ ਉਹ ਨਹੀਂ ਸੁਣਦੇ ਹੈਗੇ ਉਹ ਬੰਦਾ ਕਿਹਾ ਜਾਵੇ ਉਰੇ ਤੀਰ ਦਿਖਣੇ ਆ ਗਏ ਅੱਜ ਸਾਰਾ ਦੁਪਹਿਰਾ ਹੋ ਗਿਆ ਸਾਡੇ ਦੇਖੋ ਮੁੱਠੀ ਫਿੱਟ ਹੋਈ ਇੰਨੀ ਕੁ ਕੁਛ ਨਹੀਂ ਕੰਮ ਕੁੰਮ ਹੋਇਆ ਅੱਜ ਆਹ ਜਗਾੜਾ ਫਿੱਟ ਹੋਇਆ ਬਾਕੀ ਆਹ ਹੋਇਆ ਟਾਈਮ ਕਿੰਨਾ ਹੋ ਗਿਆ ਟਾਈਮ ਆ ਗਿਆ 12:30 ਹੋ ਗਏ ਹੁਣ ਤੱਕ ਆ ਸ਼ਾਮ ਤੱਕ ਦੇਖਾਂਗੇ ਕਿਆ ਕੁਛ ਕਰਾਂਗੇ ਕਦੇ ਕਦੇ ਇਹੋ ਜਿਹਾ ਭੈੜਾ ਦਿਨ ਹੁੰਦਾ ਬਾਈ ਵੀ ਕਦੇ ਸਮਝ ਨਹੀਂ ਆਉਂਦੀ ਵੀ ਕਿਆ ਕਰੇ ਨਾ ਹੁੰਦਾ ਪੱਪੂ ਕੇ ਤਾਂ ਫੋਨ ਹੈ ਬੜੇ ਆਵਾਂ ਪੱਟੂ ਕੇ ਅਰੇ ਪੱਪੂ ਕੀ ਕਰ ਰਿਹਾ ਭਾਈ ਅੰਦਰ ਕੀ ਕਰ ਰਿਹਾ ਹੈ ਹੈ ਬੂਸ ਕੱਢ ਰਿਹਾ ਉਰਾ ਬੂਸ ਕੱਢ ਪੜ ਗਿਆ ਉਰਾ ਅੱਛਾ ਪਰਾਲੀ ਕੱਢ ਰਿਹਾ ਸਮਾ ਦਾ ਅੱਛਾ ਅੱਛਾ ਕੱਢ ਦੇ ਭਾਈ ਉਹ ਸੁਣਾ ਕੇ ਹਾਲ ਚਾਲ ਆ ਰੋਟੀ ਖਾ ਲਈ ਦਿਖੀ ਅੱਛਾ ਫਿਰ ਤੂੰ ਠੀਕ ਹੈ ਭਾਈ हाँ जी चंद सिंह फोरमैन जी हाँ जी क्या कर रहे हो आप बैरंग फिट कर रहे हैं अच्छा अच्छा असेंबली बैरंग असेंबली बैरंग करो जी करो फोरमैन साहब
ਹੋਰ ਸੁਣਾ ਫਿਰ ਕੀ ਹਾਲ ਚਾਲ ਆ ਵਧੀਆ ਕਿੰਨੀ ਕੁ ਰਹਿ ਗਈ ਰਿਪੇਅਰ ਲੱਗ ਜਾਣਗੇ ਦੋ ਤਿੰਨ ਦਿਨ ਲੱਗ ਜਾਣਗੇ ਜੀ ਕਰੋ ਕਰੋ ਮੇਰੇ ਯਾਰ ਕਣਕ ਤੋਂ ਪੱਕੀ ਖੜੀ ਆ ਬਸ ਤਿਆਰ ਆ ਇੱਕ ਤਰੀਕ ਨੂੰ ਚਲਾਉਣੀ ਆ ਅੱਛਾ 25 ਨੂੰ ਚਲਾਉਣੀ ਆ ਇੱਕ ਨੂੰ ਨਹੀਂ ਹਾਂ ਉਹ ਮੇਰੇ ਯਾਰ ਉਸਕੇ ਫੋਨ ਆਈ ਹਾਂ ਮੇਰੇ ਪਾ ਰੋਜ਼ ਕਹਿੰਦਾ ਮੇਰੇ ਯਾਰ ਕਦ ਲੈ ਕੇ ਆਉਂਗੇ ਸਾਨੂੰ ਮਸ਼ੀਨ ਵਾ ਵੀ ਆ ਰਿਹਾ ਜੇ ਮੈਂ ਮਾਨੇ ਉਦੋਂ ਕਰ ਲਈ ਆਪਣੀ ਤਿਆਰੀਆਂ ਤੂਰੀਆਂ ਹੈ ਵੀ ਉਹ ਕੇ ਪਾਉਂਗੇ ਸਾਨੂੰ ਰਾ ਬਾਈ ਅੱਛਾ ਉਹ ਆ ਗਈ ਆਪਣੀ ਸਟੇਅਰਿੰਗ ਪੁਲੀ ਬੜੀ ਹੈ ਏਅਰਟੈਲ ਹੁਣ ਦੱਸ ਫੋਰਮੈਨ ਕਿਤਰਾ ਰੈਲੀ ਹੋ ਗਈ ਕਰਤੀ ਸਾਰੇ ਪੈਰਾਂ ਗਰੀਸ ਕਰਕੇ ਚਮਾ ਚਮ ਹੈ ਓਕੇ ਆ ਨੰਦਾ ਤਾਂ ਚੜ੍ਹਦੀ ਬਾ ਠੀਕ ਆ ਹੈ ਚਰਨਜੀਤ ਜੋ ਇਸ ਤਰ੍ਹਾਂ ਵੀ ਰੀਲ ਜੋ ਟੈਨ ਇਸ ਤਰ੍ਹਾਂ ਕਸਟ ਬਾਈ ਕੈਚ ਕਰਾਇਓ ਇੰਨੇ ਉਗੜ ਤੁਗੜ ਜਾ ਕੰਮ ਮੇਰੇ ਯਾਰ ਕਿਸੇ ਨੇ ਨਾ ਮਜਾਣ ਦੇ ਬੰਦੇ ਨੇ ਚਲਾਈ ਹੋਈ ਆ ਕਾਮਾ ਪੱਥਰ ਪੁੱਤਰਾਂ ਵਿੱਚ ਮਾਰੀ ਹੋਈ ਆ ਜ਼ਿਆਦਾ ਇਹ ਇੰਨਾ ਬਲ ਇੰਨਾ ਹੀ ਸਕਲ ਵਿਗੜ ਰਹੀ ਆ ਨਹੀਂ ਕਰਕੇ ਬਿੱਲੀਆਂ ਟੇਡੀ ਪੱਥਰ ਮਲ ਮਲ ਦਾ ਪੱਥਰਾਂ ਵਿੱਚ ਜਾਂ ਪੇ ਕੋਈ ਭੁੱਕੀ ਜ਼ਿਆਦਾ ਹਰ ਕੇ ਵੀਦੇ ਨੇ ਦੁਪਹਿਰਾ ਖਾਸਾ ਤੇਜ਼ ਪੈਣ ਲੱਗ ਗਿਆ ਨਹੀਂ ਫੋਰਮੈਨ ਦੁਪਹਿਰਾ ਖਾਸਾ ਤੇਜ਼ ਪੈਣ ਲੱਗ ਗਿਆ ਨਹੀਂ ਧੁੱਪ ਪੂਰੇ ਪੈ ਰਹੀ ਆ ਨਹੀਂ ਛੱਤੀਗੜ੍ਹ ਦੀ ਗਰਮੀ ਹੈ ਹੈ ਸੇਕ ਲੱਗਣ ਲੱਗ ਗਿਆ ਨਾ ਰੱਖ ਲਾ ਉੱਥੇ ਰੱਖ ਲਾ ਪਰ ਰੱਖੀ ਹਿਸਾਬ ਕਿਤਾਬ ਜਿਹਨਾਂ ਨੇ ਜਿੰਨੇ ਜਿੰਨੇ ਗਿਣ ਕੇ ਪਾਏ ਹੋਏ ਆ ਕਿਤੇ ਬਾਅਦ ਆਪਾਂ ਲਾਈਨ ਜੀ ਬਣਾਉਂਦੇ ਫਿਰ ਜੇ ਨਾ ਉਹ ਰੱਖ ਦੇ ਇਸੇ ਵਾ ਆਹੂਰਾ ਰੱਖ ਲੈ ਚੱਲ ਧੋ ਧਾ ਕੇ ਪਤਾ ਨਹੀਂ ਡੀਜ਼ਲ ਡੀਜ਼ਲ ਗਰੀਬ ਤਾਂ ਚੰਗੀ ਕਰੀ ਹੋਈ ਆ ਨਾ ਹੈਗੀ ਆ ਮੋੜੀ ਮੋਟੀ ਹੈ ਬਸ ਕੱਢ ਪਰਾਂ ਕੱਢੇ ਨੇ ਬਹੁਤ ਟਾਈਮ ਹੋ ਗਿਆ ਕਈ ਸਾਲ ਹੋ ਚੱਲਦੇ ਦੋ ਤਿੰਨ ਸਾਲ